ਅੱਜ ਦੀ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ, ਨਕੋਦਰ ਚੌਂਕ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਆ ਅਤੇ ਇੱਕ ਵਿਅਕਤੀ ਜਿਹੜਾ ਆ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਆ। ਆਓ ਦੱਸੀਏ ਤੁਹਾਨੂੰ ਪੂਰੀ ਖਬਰ ਹੈ ਕੀ। ਮਾਮਲਾ ਪੱਟੀ ਜ਼ਿਲ੍ਹੇ ਦੇ ਤਰਨ ਤਾਰਨ ਨਕੋਦਰ ਚੌਂਕ ਦਾ ਆ, ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਵਿਅਕਤੀਆਂ 'ਤੇ ਅੰਧਾਧੁੰਦ ਫਾਇਰਿੰਗ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ, ਜਿਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਦੋ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਅਮਨਦੀਪ ਫੌਜੀ ਅਤੇ ਪ੍ਰਭਦੀਪ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਵਿਅਕਤੀ ਸੀ ਉਹ ਐਕਟਿਵੇ 'ਤੇ ਸਵਾਰ ਹੋ ਕੇ ਕਿਸੇ ਜਗ੍ਹਾ 'ਤੇ ਸੇਵਾ ਕਰਨ ਲਈ ਜਾ ਰਹੇ ਸੀ ਅਤੇ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਇਹਨਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ 'ਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਸੇਵਾ ਸਿੰਘ ਨਾਮਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਵਾਸਤੇ ਅੰਮ੍ਰਿਤਸਰ ਦੇ ਪ੍ਰਾਈਵੇਟ ਹੋਸਪਿਟਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਥਾਣਾ ਸਿਟੀ ਪੁਲਿਸ ਅਤੇ DSP ਕੁਲਜਿੰਦਰ ਸਿੰਘ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹੋਸਪਿਟਲ ਪੱਟੀ ਵਿਖੇ ਭੇਜ ਦਿੱਤਾ ਗਿਆ। ਉੱਧਰ ਹੀ ਲੋਕਾਂ ਨੇ ਰੋਸ ਵਿੱਚ ਆਏ ਲੋਕਾਂ ਨੇ ਪੰਜਾਬ ਸਰਕਾਰ 'ਤੇ ਹਲਕਾ ਵਿਧਾਇਕ 'ਤੇ ਅਤੇ ਪੁਲਿਸ ਪ੍ਰਸ਼ਾਸਨ 'ਤੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀਆਂ ਕਰਕੇ ਉਹਨਾਂ ਦੇ ਨੌਜਵਾਨ ਲੜਕਿਆਂ ਦੀ ਮੌਤ ਹੋ ਗਈ ਹੈ। ਜੇ ਸਮਾਂ ਰਹਿੰਦੇ ਹੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਇਹ ਹਾਦਸਾ ਨਹੀਂ ਸੀ ਵਾਪਰਨਾ। DSP ਸਾਹਿਬ, ਜਿਹੜਾ ਅੱਜ ਪੱਟੀ ਦੋ ਲੋਕ ਮਰੇ ਨੇ, ਕੀ ਮਾਮਲਾ ਸਰ ਅਤੇ ਕਿੰਨੇ ਜ਼ਖਮੀ ਹੈ ਸਰ ਇਹਦੇ ਟੋਟਲ? ਇਹ ਪੱਟੀ ਅੱਜ ਸਵੇਰੇ 6:15 ਦਾ ਵਾਕਿਆ, ਅਤੇ ਦੋ ਵਿਅਕਤੀ ਇਹਦੇ 'ਚ ਡੈਥ ਹੋਈ ਹੈ ਉਹਨਾਂ ਦੀ ਗੋਲੀਆਂ ਲੱਗਣ ਦੇ ਨਾਲ, ਇੱਕ ਅਮਨਦੀਪ ਸਿੰਘ ਇੱਕ ਪ੍ਰਭਦੀਪ ਸਿੰਘ ਅਤੇ ਇੱਕ ਸ਼ੇਰਾ ਸਿੰਘ ਆ ਉਹ ਜ਼ਖਮੀ ਹੈ ਇਹਦੇ ਵਿੱਚ। ਇਹ ਸਵੇਰੇ ਪੀਰ ਦੀ ਜਗ੍ਹਾ ਬਾਈਪਾਸ 'ਤੇ ਬਣੀ, ਉਹਦੇ ਨੇੜੇ ਸੇਵਾ ਕਰਨ ਆਏ ਅਤੇ ਵਾਪਸ ਜਾਣ ਲੱਗੇ ਅਤੇ ਕੋਈ ਸਵਿਫਟ ਡਿਜ਼ਾਇਰ ਦੇ ਵਿੱਚ ਕੋਈ ਲੜਕੇ ਆਏ, ਉਹਨਾਂ ਨੇ ਗੋਲੀਆਂ ਮਾਰੀਆਂ। ਜ਼ਖਮੀ ਹੋਏ ਸਰ? ਕਿੰਨੇ ਲੋਕ ਜ਼ਖਮੀ ਹੋਏ ਆ ਜੀ? ਬੰਦਾ ਜ਼ਖਮੀ ਹੋਇਆ ਉਹਨੂੰ ਹੋਸਪਿਟਲ ਰੈਫਰ ਕਰਤਾ। ਸਰ ਕੋਈ ਵਜ੍ਹਾ ਰੰਜੀ ਕੀ ਪਤਾ ਲੱਗੀ? ਹਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨਵੈਸਟੀਗੇਸ਼ਨ 'ਚ ਕਲੀਅਰ ਹੋਏਗਾ।